अगर आपने हमारे चैनल को सब्सक्राइब नहीं किया है तो इसे सब्सक्राइब कर लें। पंजाब में केंद्र सरकार के फैसले के खिलाफ मानसा में बंद का आह्वान किया गया। क्षेत्र के भीतर के कस्बे पूरी तरह से बंद हैं, सड़कें सुनसान हैं, कहीं कोई ट्रैफिक दिखाई नहीं दे रहा है, यहां तक कि गांवों और छोटे बस स्टैंडों पर भी दुकानें बंद हैं। किसानों द्वारा केवल धरना गतिविधियां हर जगह दिखाई देती हैं। कोई भी सामान्य नागरिक सरकारी संस्थानों में भी दिखाई नहीं देता है। ਠੀਕ ਹੈ ਨਾ ਜੀ, ਇਹ ਮੁੰਨੀਆਂ ਕਿੱਥੀਆਂ ਨੇ, ਇਹ ਜਿਹਨਾਂ ਤੁਸੀਂ ਮਰੀ ਫਿਰ ਦੱਸਦੇ ਹੋ, ਇਹਨਾਂ ਲਈ ਸੂਝਵਾਨ ਨਾਗਰਿਕ ਬਣਨਾ ਦੇਸ਼ ਦੇ। ਸੋ ਸਾਰੇ ਜਵਾਕ ਹੁੰਦੇ ਨੇ, ਸਾਰੇ ਜਵਾਨ ਹੁੰਦੇ ਨੇ, ਸਾਰੇ ਸੂਝਵਾਨ ਬਣਦੇ ਨੇ। ਕੋਈ ਮਾਂ ਦੇ ਢਿੱਡੋਂ ਸਿਆਣਾ ਜਨਮ ਕੇ ਨਹੀਂ ਆਉਂਦਾ। ਹਾਲਾਤ ਹੜਾ ਹੁੰਦਾ, ਵਕਤ ਹੜਾ ਹੁੰਦਾ, ਉਹਨੂੰ ਫਿਰ ਪਤਾ ਲੱਗਦਾ ਕੀ ਸਹੀ ਹੈ ਤੇ ਕੀ ਗਲਤ ਹੈ। ਤੇ ਮੈਂ ਤੁਹਾਨੂੰ ਅੱਜ ਇਹ ਇੱਕ ਠੋਕ ਕੇ ਦਾਵਾ ਕਰਦਾ ਕਿ ਇਹਨਾਂ ਮੁੰਨੀਆਂ ਕਿੱਥੀਆਂ ਨੇ, ਐਸੇ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਮੁਨੀਰ ਕਹਿੰਦੇ ਨੇ, ਧਰ ਧਰ ਫੜ ਨੇ। ਇਹੀ ਨੌਜਵਾਨਾਂ ਨੇ ਪਹਿਲਾਂ ਅੰਗਰੇਜ਼ ਭਜਾਏ ਸੀਗੇ ਜੇਲ੍ਹ ਦੇ ਵਿੱਚੋਂ, ਸਰਦਾਰ ਭਗਤ ਸਿੰਘ, ਰਾਜਗੁਰੂ ਸਿਰਦੇਵ ਵਰਗੇ ਨਹੀਂ, ਸਾਡੇ ਪੰਜਾਬ ਦੇ ਨੌਜਵਾਨਾਂ ਨੇ ਭਜਾਏ ਸੀਗੇ। ਜਦ ਭਾਰਤ ਜੇ ਭਾਰਤਾਂ ਦੀ ਖੁਸ਼ੀ ਮਾਣ ਰਿਹਾ, ਸਾਡੇ ਨੌਜਵਾਨਾਂ ਕਰਕੇ ਮਾਣ ਰਿਹਾ, ਇਹੀ ਨੌਜਵਾਨਾਂ ਨੇ ਜੇ ਬਾਈ ਨੇ ਪਹਿਲਾਂ ਗੱਲ ਕੀਤੀ, ਕਰਤਾ ਇਹੀ ਆਪਣੇ ਯਾਦ ਰੱਖੋ ਗੱਲ ਨੂੰ। ਇੱਥੇ ਫੋਰਸ ਦਾ ਜਿੱਤ, ਇਹਦੇ ਚ ਮੇਰੇ ਪੰਜ ਕਲਾਕਾਰ ਵੀਰ ਕੋਲਾ ਬਾਹਰ, ਅੰਮ੍ਰਿਤ ਮਾਨ ਭਾਈ ਭਾਨਾ, ਆਪਣਾ ਆਰਮੀ ਤਵੀਰ, ਠੀਕ ਹੈ, ਮੈਡਾ ਚਲੋ ਵੀ ਆਪਣੇ ਪੰਜ ਕਲਾਕਾਰ ਦਵਿੰਦਰ ਬਰਾੜ ਵੀਰ, ਬਲਕਾਰ ਅੰਤੀਲਾ ਬਾਈ, ਬੀਬਾ ਮਨਜਿੰਦਰ ਗੁਲਸ਼ਨ ਜੀ, ਸਾਰੇ ਕਲਾਕਾਰਾਂ ਨੇ ਆਪਣੀ ਆਪਣੀ ਸ਼ਮੂਲੀਅਤ ਕੀਤੀ ਹੈ, ਭੈਣ ਮਨਜੋਤ ਕੌਰ ਲੰਬੀ, ਜਿੰਨੇ ਵੀ ਮੇਰੇ ਹੋਰ ਵੀ ਬੈਠੇ ਨੇ, ਇਹਨਾਂ ਦਾ ਤਾਂ ਸ਼ੁਕਰੀਆ ਅਦਾ ਕਰਨਾ ਪੈਂਦਾ ਹੀ ਹੈ। ਪਰ ਮੈਂ ਜਿੰਨੀਆਂ ਮੇਰੀਆਂ ਮਾਵਾਂ ਭੈਣਾਂ, ਮੇਰੇ ਪੁਲਿਸ ਵਾਲੇ ਵੀਰ ਜੋ ਪ੍ਰਸ਼ਾਸਨ ਨੂੰ ਮੰਗੇ ਕਰ ਰਹੇ ਨੇ, ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਤੇ ਸਭ ਤੋਂ ਵੱਧ ਸ਼ੁਕਰੀਆ ਅਦਾ ਕਰਦਾ ਖਾਲਸਾ ਏਡ ਜਿਹੜੀ ਮੁਫ਼ਤ ਲੰਗਰ ਲੈ ਕੇ ਆਈ ਇੱਥੇ। ਜ਼ੋਰਦਾਰ ਤਾੜੀ ਮਾਰਦੇ ਜੀ। ਇਹ ਉਹ ਲੋਕ ਨੇ ਜਿਹੜੇ ਚਾਂਦੀਆਂ ਗੋਲੀਆਂ ਦੇ ਵਿੱਚ ਆਰਾਮ ਨਾਲ ਪਹੁੰਚ ਜਾਂਦੇ ਨੇ, ਤੇ ਇਹਨਾਂ ਵੀ ਆਉਂਦਾ ਹੈ, ਇਹਨਾਂ ਵੀ ਅਸੀਂ ਤੁਹਾਡੇ ਨੇੜੇ ਆਵਾਂਗੇ, ਜਿਹਨਾਂ ਨੇ ਆਪ ਖੋਜ ਕਰਕੇ ਇੱਥੇ ਆਏ ਨੇ, ਕਹਿੰਦੇ ਭਾਈ ਤੁਸੀਂ ਧਰਨਾ ਲਾ ਰਹੇ ਹੋ, ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨੀ, ਅਸੀਂ ਲੰਗਰ ਵਰਤਾਉਣਾ। ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਮੇਰੇ ਵੀਡੀਓ, ਇਹੋ ਜਿਹੇ ਲੋਕ ਜਿਉਂਦੇ ਨੇ ਤਾਂ ਹੀ ਆਪਣੀ ਹੋਂਦ ਬਰਕਰਾਰ ਹੈ, ਚੰਗੇ ਲੋਕ ਜੇ ਨਾ ਹੋਣ ਤਾਂ ਇਹ ਦੁਨੀਆਂ ਦਾ ਸੱਚਾ ਮਸਲਾ ਹੋ, ਇਹਨਾਂ ਦਾ ਹੌਸਲਾ ਅਫਜ਼ਾਈ ਕਰਨੀ ਜ਼ਰੂਰੀ ਹੈ। ਕਲਾਕਾਰਾਂ ਨੂੰ ਵੀ ਦੇਖਣ ਨਹੀਂ ਹੈ ਜੀ, ਅਤੇ ਕਲਾਕਾਰ ਇੱਕ ਯੂਥ ਦਾ ਮੂਹਰੇ ਲੈ ਕੇ ਆ ਰਹੇ ਯੂਥ ਨੂੰ, ਹੁਣ ਤੁਸੀਂ ਦੇਖ ਰਹੇ ਹੋ ਨਾ ਵੀ ਪੰਜਾਬ ਨਾਲ ਹਰਿਆਣੇ ਨਾਲ ਖੇਤੀਬਾੜੀ ਨਾਲ ਕਿੰਨਾ ਧੱਕਾ ਹੋ ਰਿਹਾ, ਉਸ ਸੰਬੰਧੀ ਇਹ ਰੋਸ ਹੈ ਕਲਾਕਾਰਾਂ ਦਾ। ਕਲਾਕਾਰ ਰੋਲ ਮਾਡਲ ਵੀ ਹੁੰਦੇ ਆ, ਜੋ ਚੰਗੀ ਸੇਧ ਸਾਨੂੰ ਦੇਣਗੇ ਅਸੀਂ ਉਹਨਾਂ ਮਗਰ ਵੀ ਲੱਗਾਂਗੇ, ਠੀਕ ਹੈ, ਜੋ ਮਾੜੀ ਸੇਧ ਦੇਣਗੇ ਤਾਂ ਉਹ ਵੀ ਹੋ ਸਕਦਾ, ਗਲਤ ਵੀ ਹੋ ਸਕਦਾ, ਇਹਦਾ ਨਤੀਜਾ ਚੰਗਾ ਵੀ ਹੋ ਸਕਦਾ, ਇਹ ਟਾਈਮ ਚੰਗਾ ਨਤੀਜਾ ਇਹਨਾਂ ਦਾ। ਜਿਹੜੇ ਸਾਰੇ ਇਕੱਠੇ ਹੋਏ ਆ, ਜੋ ਵੀ ਸਾਰੇ ਯੂਥ ਹੈ, ਨਵੇਂ ਮੁੰਡੇ ਹੈ, ਪੁਰਾਣੇ ਹੈ, ਬੁੜੇ ਵੀ ਹੈ ਵਿੱਚ, ਹੈ ਨਾ, ਇਹ ਚੰਗੀ ਗੱਲ ਹੈ ਜੀ। ਹਾਂ, ਇਹ ਸਿਆਸਤ ਤਾਂ ਕਰ ਰਹੀ ਹੈ, ਇਹਦਾ ਕੋਈ ਝੂਠ ਨਹੀਂ, ਇਹਦਾ ਬੱਚੇ ਨੂੰ ਵੀ ਪਤਾ ਹੈਗਾ, ਹੈ ਨਾ, ਜੇ ਇਹ ਚੰਗੇ ਹੁੰਦੇ ਤਾਂ ਕਿਸਾਨਾਂ ਵਾਸਤੇ ਚੰਗਾ ਕੁਝ ਨਾ ਕੁਝ ਸੋਚਦੇ, ਲੋਕ ਇਹਨਾਂ ਨਾਲ ਜੁੜਦੇ, ਹੁਣ ਲੋਕ ਆਪੇ ਟੁੱਟਣ ਲੱਗ ਗਏ ਜੀ, ਹੈ ਨਾ, ਜੇ ਕਿਸਾਨ ਹੈ ਤਾਂ ਸਰਕਾਰ ਹੈ, ਜੇ ਕਿਸਾਨ ਨਹੀਂ ਫਿਰ ਸਰਕਾਰ ਕਿੱਥੋਂ ਹੋਊਗੀ। ਅਗਲਾ ਸਟੈਪ ਤਾਂ ਇਹੀ ਹੈ ਜੀ, ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ, ਮੋਦੀ ਸਰਕਾਰ ਕਿਹੜਾ ਊਈ ਬਣ ਗਈ, ਜੇ ਅਸੀਂ ਨੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਸਰਕਾਰ ਬਣੀ ਹੈ, ਤਾਂ ਇਹ ਫੈਸਲੇ ਲੈਂਦਾ, ਇਹ ਚੰਗੇ ਫੈਸਲੇ ਲਵੇ, ਲੋਕ ਇਹਨੂੰ ਸੁਣਾਏ, ਹੁਣ ਇਹਨੂੰ ਸਾਰਾ ਹਿੰਦੁਸਤਾਨ ਨਿੰਦੀ ਜਾਂਦਾ, ਸਾਰਾ ਹਿੰਦੁਸਤਾਨ, ਹੁਣ ਤੁਸੀਂ ਲਾ ਲਓ ਤੁਸੀਂ ਸਾਡੀ ਇੰਟਰਵਿਊ ਲਈ ਜਾਂਦੇ ਹੋ, ਬਹੁਤ ਬਹੁਤ ਪਹਿਲੀ ਗੱਲ ਤਾਂ ਧੰਨਵਾਦ ਹੈ, ਸ਼ਾਇਦ ਸਾਡੀ ਗੱਲ ਮੋਦੀ ਲਵੇ ਜਾਊ, ਪਤਾ ਨਹੀਂ ਨਾ ਜਾਊ, ਹੁਣ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਅੱਜ ਤੱਕ ਵਾਲੇ ਹੋਰ ਚੈਨਲ, ਉਹ ਕੀ ਹੈ, ਐਕਟਰ ਨੇ ਨਾ ਜਿਹੜੇ, ਉਹਨਾਂ ਨੂੰ ਦਿਖਾਈ ਜਾ ਰਹੇ, ਕਿਸਾਨ ਨੂੰ ਤਾਂ ਦਿਖਾਈ ਨਹੀਂ ਰਹੇ ਉਹ, ਹੁਣ ਤੁਸੀਂ ਸਾਨੂੰ ਦਿਖਾ ਰਹੇ ਹੋ, ਇਹ ਵਧੀਆ ਲੱਗਦਾ ਵੀ ਉਹਨਾਂ ਲਵੇ ਗੱਲ ਜਾਵੇ, ਚੰਗੀ ਗੱਲ ਹੈ, ਇਹ ਤਾਂ ਬਹੁਤ ਬਹੁਤ ਧੰਨਵਾਦ ਹੈ, ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਬਾਕੀ ਕਿਸਾਨ ਸੜਕਾਂ 'ਤੇ ਹੈ, ਬਹੁਤ ਬੇਹਾਲ ਹੈ, ਕੋਈ ਚਾਰਾ ਨਹੀਂ ਹੈਗਾ, ਚਲੋ ਇੱਕ ਪੱਤਰਕਾਰ ਭਾਈ ਹੋ ਤੁਸੀਂ, ਵਧੀਆ ਮਦਦ ਕਰ ਰਹੇ ਹੋ ਨਾਲ ਜੁੜ ਕੇ, ਕਲਾਕਾਰ ਨੇ ਜੋ ਸਾਡੇ ਯੂਥ ਨੂੰ ਇੱਕ ਵਧੀਆ ਸੇਧ ਦੇਣ ਦੇ ਨਾਲ ਨਾਲ ਅੱਜ ਕਿਸਾਨਾਂ ਨਾਲ ਉਤਰੇ ਨੇ, ਕਿਉਂ ਕਿਸਾਨ ਬੇਹਾਲ ਹੈ, ਮੋਦੀ ਸਰਕਾਰ ਤੱਕ ਇਹ ਗੱਲ ਪਹੁੰਚਣੀ ਜ਼ਰੂਰੀ ਹੈ, ਸਰਕਾਰ ਇਸ ਗੱਲ ਨੂੰ ਮੰਨੇ ਨਹੀਂ ਮੰਨੂਗੀ, ਅਸੀਂ ਦਿੱਲੀ ਦਾ ਕੂਚ ਕਰਾਂਗੇ, ਅਸੀਂ ਕਿਸਾਨ ਹਾਂ, ਜਦੋਂ ਆਪ ਹੀ ਰੁੜ ਕੇ ਕਿਸਾਨ ਹੀ ਖਤਮ ਹੋ ਗਿਆ ਤਾਂ ਸਾਰੀ ਸਿਸਟੀ ਖਤਮ ਹੋ ਜਾਣੀ ਹੈ, ਸਾਡੀ ਬੇਨਤੀ ਹੈ ਇਹ ਮੀਡੀਆ ਰਾਹੀਂ ਵੀ ਤੁਸੀਂ ਇਸ ਗੱਲ ਨੂੰ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਮੀਡੀਆ
पत्रकार अगे तक पहुँचाओ ये गल ना कि सरकार सुने नहीं सरकार सुनूगी असं दिल्ली तक कूच करांगे अगे जाके होर भी उपराले करांगे नौजवान जोड़ के बजुर्ग जोड़ के बच्चे जोड़ के दिल्ली तक पहुँचिए ताकि सरकार जो बनाए ने इन्हें कैंसल करवाइए। अगर आपने हमारे चैनल को सब्सक्राइब नहीं किया है तो इसे सब्सक्राइब कर लें।